ਗਰਮ ਮਸਾਲਾ ਘਰ ਦੇ ਵਿੱਚ ਬਣਾਉਣਾ ਬਹੁਤ ਸੌਖਾ ਆ, ਕੋਈ ਵੀ ਇਹਨੂੰ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦਾ ਆ। ਸਿਰਫ ਸਾਨੂੰ ਪਤਾ ਹੋਣਾ ਚਾਹੀਦਾ ਕਿ ਗਰਮ ਮਸਾਲਾ ਬਣਾਉਣ ਵਾਸਤੇ ਸਾਨੂੰ ਕਿਹੜਾ ਕਿਹੜਾ ਸਮਾਨ ਤੇ ਕਿੰਨਾ ਕਿੰਨਾ ਚਾਹੀਦਾ ਆ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗਰਮ ਮਸਾਲਾ ਬਣਾਵਾਂਗੇ। ਗਰਮ ਮਸਾਲਾ ਬਣਾਉਣ ਲਈ ਮੈਂ ਇਹ ਸਾਰਾ ਸਮਾਨ ਲਿਆ ਆ। ਇਸ ਸਮਾਨ ਨੂੰ ਜੇ ਅਸੀਂ ਗ੍ਰਾਮ ਦੇ ਵਿੱਚ ਦੇਖੀਏ ਤਾਂ 100 ਗ੍ਰਾਮ ਇਹ ਸਮਾਨ ਆ। ਜਦੋਂ ਅਸੀਂ ਮਸਾਲੇ ਨੂੰ ਬਣਾ ਕੇ ਤਿਆਰ ਕਰਾਂਗੇ ਉਸ ਤੋਂ ਬਾਅਦ ਵੀ ਅਸੀਂ ਇੱਕ ਵਾਰੀ ਤੋਲ ਲਾਂਗੇ ਕਿ ਕਿੰਨੇ ਗ੍ਰਾਮ ਮਸਾਲਾ ਸਾਡਾ ਬਣ ਕੇ ਤਿਆਰ ਹੋਇਆ ਆ। ਗਰਮ ਮਸਾਲੇ ਨੂੰ ਬਣਾਉਣ ਵਾਸਤੇ 1 ਕੌਲੀ ਸੁੱਕਾ ਹੋਇਆ ਧਨੀਆ ਲਿਆ ਆ, 1/3 ਕੌਲੀ ਦਾ ਆਪਾਂ ਲਿਆ ਜੀਰਾ ਤੇ 1 ਚਮਚਾ ਲਿਆ ਆ ਕਾਲੀ ਮਿਰਚ ਦਾ। ਚਾਹੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਕੌਲੀ ਦੇ ਨਾਲ ਨਾਪ ਲਓ ਸਮਾਨ ਨੂੰ, ਜਾਂ ਤੁਸੀਂ ਇਸ ਵੱਡੇ ਚਮਚੇ ਦਾ ਇਸਤੇਮਾਲ ਕਰ ਸਕਦੇ ਹੋ। ਜੇ ਅਸੀਂ ਚਮਚੇ ਦੇ ਨਾਲ ਨਾਪੀਏ ਤਾਂ 12 ਚਮਚੇ ਆਪਾਂ ਇਹ ਧਨੀਏ ਦੇ ਲਏ ਆ, 3 ਚਮਚੇ ਲਏ ਆ ਜੀਰੇ ਦੇ ਤੇ 1 ਚਮਚਾ ਲਿਆ ਆ ਕਾਲੀ ਮਿਰਚ ਦਾ। ਇਸ ਤੋਂ ਇਲਾਵਾ ਅਸੀਂ 4 ਸੁੱਕੀਆਂ ਹੋਈਆਂ ਲਾਲ ਮਿਰਚਾਂ ਲਈਆਂ, 2 ਮੱਘਾਂ ਆ, 2 ਚੱਕਰੀ ਫੁੱਲ ਆ, 2 ਫੁੱਲ ਜਵਿੱਤਰੀ ਦੇ ਆ, 10-12 ਲੌਂਗ, 10-12 ਹੀ ਹਰੀਆਂ ਇਲਾਇਚੀਆਂ, 4 ਮੋਟੀਆਂ ਇਲਾਇਚੀਆਂ ਤੇ 2 ਇੰਚ ਲਿਆ ਆ ਆਪਾਂ ਦਾਲਚੀਨੀ ਦਾ ਟੁਕੜਾ ਤੇ ਥੋੜ੍ਹੀ ਜਿਹੀ ਆਪਾਂ ਇਹਦੇ ਵਿੱਚ ਸੁੰਡ ਵੀ ਪਾਵਾਂਗੇ। ਸੁੰਡ ਨੂੰ ਮੈਂ ਇੱਦਾਂ ਤੋੜ ਲਿਆ ਤੇ 3 ਪੱਤੇ ਆਪਾਂ ਤੇਜ਼ ਪੱਤੇ ਦੇ ਲਏ ਆ। ਇਸ ਤੋਂ ਇਲਾਵਾ ਆਪਾਂ 1/4 ਹਿੱਸਾ ਚਮਚੇ ਦਾ ਲਿਆ ਆ ਲੂਣ। ਇੱਕ ਚੀਜ਼ ਇੱਥੇ ਮੈਂ ਤੁਹਾਨੂੰ ਹੋਰ ਦੱਸੂਗੀ, ਜੇ ਤੁਸੀਂ ਗਰਮੀ ਦੇ ਵਿੱਚ ਮਸਾਲਾ ਬਣਾ ਕੇ ਤਿਆਰ ਕਰਦੇ ਹੋ ਫਿਰ ਤੁਸੀਂ 2 ਚਮਚੇ ਸੌਂਫ ਦੇ ਲੈ ਲੈਣੇ ਆ। ਜਿਹੜਾ ਚਮਚਾ ਮੈਂ ਤੁਹਾਨੂੰ ਵੱਡਾ ਦਿਖਾਇਆ ਸੀ ਉਹਦੇ ਨਾਲ ਹੀ ਤੁਸੀਂ ਨਾਪ ਲੈਣਾ ਆ। ਜੇ ਤੁਸੀਂ ਠੰਡ ਦੇ ਵਿੱਚ ਮਸਾਲਾ ਬਣਾ ਕੇ ਤਿਆਰ ਕਰਦੇ ਹੋ ਫਿਰ ਤੁਸੀਂ ਇਹ ਜੈਫਲ ਲਾਉਂਦਾ ਆ, ਇੰਗਲਿਸ਼ ਵਿੱਚ ਇਹਨੂੰ ਨਟਮਕ ਕਹਿੰਦੇ ਆ, ਇੰਨੇ ਜਿੰਨਾ ਆਪਾਂ ਮਸਾਲਾ ਇਹ ਲਿਆ ਆ ਇਹਦੇ ਵਿੱਚ ਤੁਸੀਂ ਇਹ 1/2 ਜੈਫਲ ਪਾਉਣਾ ਆ। ਹੁਣ ਦੇਖੋ ਨਾ ਤਾਂ ਬਹੁਤ ਜ਼ਿਆਦਾ ਗਰਮੀ ਆ ਅਤੇ ਨਾ ਹੀ ਮੌਸਮ ਬਦਲਿਆ ਆ, ਆਪਾਂ ਕੀ ਕਰਨਾ, ਆਪਾਂ ਸੌਂਫ ਦਾ ਹੀ ਇਸਤੇਮਾਲ ਕਰਨਾ ਆ ਕਿਉਂਕਿ ਜਿਹੜਾ ਇਹ ਮਸਾਲਾ ਬਣਨਾ ਆ ਇਹ 10 ਕੁ ਦਿਨਾਂ ਦੇ ਵਿੱਚ ਖਤਮ ਹੋ ਜਾਣਾ ਅਤੇ ਆਪਾਂ ਸੌਂਫ ਪਾਵਾਂਗੇ। ਹੁਣ ਅਸੀਂ ਇਸ ਮਸਾਲੇ ਨੂੰ 1 ਫਰਾਈਪੈਨ ਦੇ ਵਿੱਚ ਪਾ ਲੈਣਾ ਆ। ਸਾਰੀਆਂ ਚੀਜ਼ਾਂ ਆਪਾਂ 1 ਹੀ ਫਰਾਈਪੈਨ ਦੇ ਵਿੱਚ ਇਕੱਠੀਆਂ ਕਰ ਲੈਣੀਆਂ। ਬਾਕੀ ਦਾ ਜਿਹੜਾ ਸਮਾਨ ਸੀ ਇਹ ਆਪਾਂ ਤੋੜ ਕੇ ਫਿਰ ਪਾਉਣਾ ਹੈ। ਇਹਦੇ ਵਿੱਚ ਆਪਾਂ 1 ਸੌਂਫ ਅਤੇ 1 ਲੂਣ, ਇਹ 2 ਚੀਜ਼ਾਂ ਨਹੀਂ ਪਾਈਆਂ, ਬਾਕੀ ਸਾਰੀਆਂ ਚੀਜ਼ਾਂ ਆਪਾਂ ਪਾ ਲਈਆਂ। ਮਿਲਾ ਲੈਣਾ ਆਪਾਂ ਸਾਰੇ ਮਸਾਲੇ ਨੂੰ ਇੱਕ ਵਾਰੀ ਇਸ ਤਰੀਕੇ ਦੇ ਨਾਲ। ਇਸ ਮਸਾਲੇ ਨੂੰ ਤੁਸੀਂ ਚਾਹੇ ਤਾਂ ਧੁੱਪ ਦੇ ਵਿੱਚ ਰੱਖ ਕੇ ਇਹਨੂੰ 1/2 ਘੰਟਾ ਧੁੱਪ ਲਵਾ ਲਓ, ਨਹੀਂ ਤਾਂ ਇਹਨੂੰ ਹੁਣ ਆਪਾਂ ਥੋੜ੍ਹਾ ਜਿਹਾ ਸੇਕ ਲਵਾਵਾਂਗੇ। ਸੇਕ ਲਵਾ ਕੇ ਜਿੰਨੀ ਵੀ ਮਸਾਲੇ ਦੇ ਵਿੱਚ ਨਮੀ ਹੋਊਗੀ ਉਹ ਨਿਕਲ ਜੂਗੀ, ਫਿਰ ਇਹ ਛੇਤੀ ਕੁੱਟ ਹੋ ਜੂਗਾ। ਹੁਣ ਅਸੀਂ ਲਗਾਤਾਰ ਹਿਲਾਉਂਦੇ ਹੋਏ ਮਸਾਲੇ ਨੂੰ 4 ਤੋਂ 5 ਮਿੰਟ ਤੱਕ ਘੱਟ ਸੇਕ ਦੇ ਉੱਪਰ ਭੁੰਨ ਲੈਣਾ ਆ। ਮਸਾਲੇ ਨੂੰ ਭੁੰਨਣ ਟਾਈਮ ਇੱਕ ਚੀਜ਼ ਦਾ ਧਿਆਨ ਰੱਖਣਾ ਆ ਕਿ ਮਸਾਲਿਆਂ ਨੂੰ ਸਿਰਫ ਸੇਕ ਲੱਗੇ, ਮਸਾਲਿਆਂ ਦਾ ਰੰਗ ਨਾ ਜ਼ਿਆਦਾ ਬਦਲੇ, ਕਿਉਂਕਿ ਜੇ ਮਸਾਲਿਆਂ ਨੂੰ ਭੁੰਨਣ ਟਾਈਮ ਇਹਨਾਂ ਦਾ ਰੰਗ ਬਦਲ ਜਾਵੇ ਤਾਂ ਮਸਾਲੇ ਦੇ ਸਵਾਦ ਦੇ ਵਿੱਚ ਫਰਕ ਪੈ ਜਾਂਦਾ ਹੈ। ਮਸਾਲੇ ਤਿਆਰ ਹੋਣ ਕੇ ਇਹਦੇ ਵਿੱਚੋਂ ਹਲਕੀ ਹਲਕੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ। ਜਦੋਂ ਮਸਾਲਿਆਂ 'ਚੋਂ ਖੁਸ਼ਬੂ ਆਉਣ ਲੱਗ ਜਾਂਦੀ ਹੈ ਤਾਂ ਪਤਾ ਲੱਗ ਜਾਂਦਾ ਕਿ ਮਸਾਲੇ ਭੁੰਨ ਹੋ ਗਏ। ਹੁਣ ਅਸੀਂ ਅਖੀਰ ਦੇ ਵਿੱਚ ਸੌਂਫ ਪਾ ਦੇਣੀ ਆ। ਸੌਂਫ ਤੁਸੀਂ ਅਖੀਰ 'ਤੇ ਸਿਰਫ 1/2 ਮਿੰਟ ਹੀ ਭੁੰਨਣੀ ਆ। ਜੇ ਆਪਾਂ ਸੌਂਫ ਨੂੰ ਜ਼ਿਆਦਾ ਭੁੰਨ ਲਈਏ ਤਾਂ ਫਿਰ ਸੌਂਫ ਦਾ ਜਿਹੜਾ ਸਵਾਦ ਆ
ਥੋੜਾ ਜਿਹਾ ਕੌੜਾ ਹੋ ਜਾਂਦਾ ਆ। ਗੈਸ ਆਪਾਂ ਬੰਦ ਕਰ ਦੇਣੀ ਆ, ਫਰਾਈ ਪੈਨ ਕਾਫੀ ਜ਼ਿਆਦਾ ਗਰਮ ਆ, ਸੌਂਫ ਨੂੰ ਇੱਦਾਂ ਹੀ ਸੇਕ ਲੱਗ ਜਾਣਾ। ਮਸਾਲਿਆਂ ਨੂੰ ਹੁਣ ਆਪਾਂ ਥੋੜ੍ਹਾ ਜਿਹਾ ਠੰਡਾ ਕਰ ਲੈਣਾ ਆ, ਉਸ ਤੋਂ ਬਾਅਦ ਆਪਾਂ ਇਹਨੂੰ ਕੁੱਟਦੇ ਹਾਂ। ਮਸਾਲੇ ਨੂੰ ਹੁਣ ਆਪਾਂ ਮਿਕਸੀ ਦੇ ਜੱਗ ਦੇ ਵਿੱਚ ਪਾ ਦੇਣਾ ਆ। ਦੋ ਵਾਰੀ ਕਰਕੇ ਆਪਾਂ ਮਸਾਲੇ ਨੂੰ ਪੀਸ ਲਾਂਗੇ। ਮਸਾਲੇ ਨੂੰ ਪੀਸਣ ਤੋਂ ਬਾਅਦ ਕਿਸੇ ਵੀ ਭਾਂਡੇ ਦੇ ਵਿੱਚ ਕਰ ਲੈਣਾ। ਲੂਣ ਰਹਿ ਗਿਆ ਸੀ, ਇਹਨੇ ਪਾ ਮਿਲਾ ਲਾਂਗੇ ਚੰਗੀ ਤਰ੍ਹਾਂ। ਪੀਸਣ ਟਾਈਮ ਵੀ ਪਾ ਸਕਦੇ ਹੋ, ਚਾਹੇ ਬਾਅਦ ਵਿੱਚ ਇਸ ਤਰੀਕੇ ਨਾਲ ਰਲਾ ਲਓ। ਗਰਮ ਮਸਾਲਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਆ, ਤੁਸੀਂ ਦੇਖ ਸਕਦੇ ਹੋ। ਬਹੁਤ ਜ਼ਿਆਦਾ ਅਸੀਂ ਇਹਨੂੰ ਪਾਊਡਰ ਨਹੀਂ ਬਣਾਇਆ, ਹਲਕਾ ਜਿਹਾ ਇਹਦੇ ਵਿੱਚ ਦਰਦਰਾ ਪਾਉਣਾ। ਮੈਂ ਇਹਨੂੰ ਛਾਨਣਾ ਨਹੀਂ, ਮੈਂ ਇਸੇ ਤਰੀਕੇ ਦੇ ਨਾਲ ਇਹਨੂੰ ਇਸਤੇਮਾਲ ਕਰਦੀ ਹਾਂ। ਜੇ ਤੁਸੀਂ ਇਹਨੂੰ ਛਾਨਣਾ ਚਾਹੁੰਦੇ ਹੋ ਤਾਂ ਛਾਣ ਸਕਦੇ ਹੋ, ਛਾਨਣ ਤੋਂ ਬਾਅਦ ਜਿਹੜਾ ਮੋਟਾ ਮਸਾਲਾ ਨਿਕਲੂਗਾ ਉਹਨੂੰ ਤੁਸੀਂ ਸੁੱਕੀ ਸਬਜ਼ੀ ਦੇ ਵਿੱਚ ਇਸਤੇਮਾਲ ਕਰ ਲੈਣਾ ਆ, ਅਤੇ ਜਿਹੜਾ ਬਾਕੀ ਛਾਣਿਆ ਹੋਇਆ ਮਸਾਲਾ ਆ ਉਹਨੂੰ ਕਿਸੇ ਏਅਰ ਟਾਈਟ ਡੱਬੀ ਦੇ ਵਿੱਚ ਪਾ ਕੇ ਉਹਨੂੰ ਤੁਸੀਂ ਰੱਖ ਸਕਦੇ ਹੋ। ਜਦੋਂ ਵੀ ਤੁਸੀਂ ਘਰ ਦੇ ਵਿੱਚ ਮਸਾਲਾ ਬਣਾਉਂਦੇ ਹੋ ਤਾਂ ਇੰਨਾ ਕੁ ਮਸਾਲਾ ਹੀ ਤਿਆਰ ਕਰੋ ਕਿ ਜਿਹੜਾ ਹਫ਼ਤੇ 10 ਦਿਨ ਦੇ ਵਿੱਚ ਖਤਮ ਹੋ ਜਾਵੇ। ਜ਼ਿਆਦਾ ਲੰਬੇ ਸਮੇਂ ਤੱਕ ਤੁਸੀਂ ਮਸਾਲੇ ਨੂੰ ਸਟੋਰ ਨਹੀਂ ਕਰਨਾ, ਕਿਉਂਕਿ ਜੇ ਅਸੀਂ ਜ਼ਿਆਦਾ ਮਸਾਲਾ ਬਣਾ ਕੇ ਰੱਖ ਲਈਏ ਤਾਂ ਉਹਦੀ ਖੁਸ਼ਬੂ ਦੇ ਵਿੱਚ ਕਾਫ਼ੀ ਜ਼ਿਆਦਾ ਫਰਕ ਪੈ ਜਾਂਦਾ ਆ। ਇਸ ਲਈ ਥੋੜ੍ਹਾ ਮਸਾਲਾ ਬਣਾਓ, ਜਦੋਂ ਖਤਮ ਹੋ ਜਾਵੇ ਫਿਰ ਤੁਸੀਂ ਉਹਨੂੰ ਦੁਬਾਰਾ ਬਣਾ ਸਕਦੇ ਹੋ। ਗਰਮ ਮਸਾਲਾ ਤੁਸੀਂ ਹਮੇਸ਼ਾ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰੋ। ਬਾਜ਼ਾਰ ਦੇ ਮਸਾਲਿਆਂ ਦਾ ਕੀ ਹਾਲ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਇਸ ਲਈ ਜਿਹੜੀ ਵੀ ਚੀਜ਼ ਬਣਾਉਣੀ ਆ ਘਰ ਦੇ ਵਿੱਚ ਬਣਾਓ। ਹੁਣ ਆਪਾਂ ਇਸ ਮਸਾਲੇ ਨੂੰ ਇੱਕ ਵਾਰੀ ਤੋਲ ਲਾਂਗੇ ਕਿ ਕਿੰਨੇ ਗ੍ਰਾਮ ਮਸਾਲਾ ਇਹ ਤਿਆਰ ਹੋਇਆ ਬਣ ਕੇ। ਮਸ਼ੀਨ ਨੂੰ ਅਸੀਂ ਔਨ ਕਰ ਲੈਣਾ, ਜੀਰੋ ਆ ਗਈ। ਹੁਣ ਅਸੀਂ ਪਲੇਟ 'ਚ ਮਸਾਲਾ ਕੱਢ ਲੈਂਦੇ ਹਾਂ। 114 ਗ੍ਰਾਮ ਮਸਾਲਾ ਬਣ ਕੇ ਤਿਆਰ ਹੋਇਆ ਆ। ਜਿਹੜੀ ਆਪਾਂ ਫਿਰ ਸੌਂਫ ਪਾਈ ਸੀ ਉਹ 14 ਗ੍ਰਾਮ ਹੋਣੀ ਆ, 2 ਚਮਚੇ ਪਾਏ ਸੀ, 2 ਚਮਚੇ ਉਹ 14 ਗ੍ਰਾਮ ਸੀ। ਇੰਨਾ ਮਸਾਲਾ ਤੁਹਾਡਾ 8-10 ਦਿਨਾਂ ਦੇ ਵਿੱਚ ਖਤਮ ਹੋ ਜੂਗਾ। ਇਸ ਮਸਾਲੇ ਨੂੰ ਤੁਸੀਂ ਕਿਸੇ ਵੀ ਡੱਬੇ ਦੇ ਵਿੱਚ ਪਾ ਕੇ ਇਹਨੂੰ ਤੁਸੀਂ ਫਰਿੱਜ ਦੇ ਵਿੱਚ ਰੱਖ ਲਓ, ਚਾਹੇ ਬਾਹਰ ਹੀ ਰੱਖ ਲਓ, ਮਸਾਲਾ ਖਰਾਬ ਨਹੀਂ ਹੁੰਦਾ। ਇਸ ਤਰੀਕੇ ਦੇ ਨਾਲ ਹੀ ਇਸ ਮਸਾਲੇ ਨੂੰ ਬਣਾਇਓ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਚੈਨਲ 'ਤੇ ਜੇ ਪਹਿਲੀ ਵਾਰੀ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।